ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗ ਜੀ ਸਾਖੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਤੇ ਲੈ ਲੈ ਮੁਕਰ ਪਾਏ ਇਹ ਸਾਖੀ ਸੁthresਾ ਦੀ ਹੈ ਜਿਹੜਾ ਕਲਗੀਆਂ ਵਾਲੇ ਪਾਸ਼ਾ ਬਲੇ ਇੱਕ ਸਿੱਖ ਹੋਇਆ ਹੈ ਸਾਖੀ ਸਰਵਣ ਕਰੋ ਸੰਗਤ ਜੀ ਦਸ਼ਮੇਸ਼ ਪਸ਼ਤਾ ਜੀ ਦੇ ਪਾਸ ਇੱਕ ਸੁthresੇ ਨਾਮ ਦਾ ਨਾ ਇੱਕ ਕਵੀ ਰਹਿੰਦਾ ਸੀਗਾ ਉਹ ਕਵਤਾਵਾਂ ਰਚ ਕੇ ਗੁਰੂ ਸਾਹਿਬ ਨੂੰ ਪ੍ਰਸੰਨ ਕਰਿਆ ਕਰਦਾ ਸੀ ਬੜਾ ਹਾਸੋਹੀਣਾ ਜਿਹਾ ਸਰੀਰ ਸੀ ਤੇ ਇਹ ਗੁਰੂ ਸਾਹਿਬ ਦੀ ਬੜੀ ਪ੍ਰਸੰਤਾ ਲੈਂਦਾ ਸੀਗਾ ਬੜਾ ਖੁੱਲ੍ਹਦਿਲਾ ਇਨਸਾਨ ਸੀ ਇਹ ਸੁੱਥਰੇ ਸ਼ਾਹ ਇੱਕ ਬਾਣੀਆਂ ਦੇ ਕੋਲ ਰੋ ਜਾਇਆ ਕਰਦਾ ਤੇ ਉੱਥੋਂ ਦੀ ਜੋ ਵੀ ਇਹਨੂੰ ਰਾਸ਼ਨ ਵਗੈਰਾ ਚਾਹੀਦਾ ਹੁੰਦਾ ਸੀ ਉੱਥੋਂ ਲੈ ਲੈਂਦਾ ਸੀਗਾ ਉੱਥੇ ਵਈ ਦੇ ਉੱਤੇ ਦੇ ਦਸਕਤ ਹੋ ਜਾਂਦੇ ਸੀਗੇ ਤੇ ਉਹ ਉਧਾਰ ਲੈ ਲੈਂਦਾ ਸੀ ਜਦੋਂ ਬਾਣੀਆਂ ਨੇ ਸੁੱਥਰੇ ਪਾਸੋਂ ਮੁੱਲ ਮੰਗਣਾ ਤੇ ਨੇ ਉਹ ਥੋੜਾ ਜਿਹਾ ਅੱਗੇ ਪਾ ਦੇਣਾ ਥੋੜਾ ਦਿਨ ਅੱਗੇ ਪਾ ਦੇਣਾ ਜਦੋਂ ਇੱਕ ਵਾਰੀ ਥੋੜੇ ਪੈਸੇ ਵੱਧ ਬਣ ਗਏ ਤੇ ਉਹ ਬਾਣੀਆਂ ਸੁਥਰੇ ਨੂੰ ਕਹਿੰਦਾ ਕਿ ਤੂੰ ਤੇ ਭਾਈ ਪੈਸੇ ਨਹੀਂ ਦਿੰਦਾ ਪਿਆ ਤੇ ਉਹ ਸੁਥਰਾ ਕਹਿੰਦਾ ਕਿਹੜੇ ਪੈਸੇ ਸੁਥਰਾ ਬਿਲਕੁਲ ਮੁੱਕਰ ਹੀ ਗਿਆ ਕਹਿਣ ਲੱਗਾ ਮੈ ਤਾਂ ਤੱਕ ਕੋਈ ਰਸੀਦ ਜਿਹੜੀ ਰਸਦ ਪ੍ਰਾਪਤ ਕੀਤੀ ਨਹੀਂ ਮੈ ਤਾਂ ਕੋਈ ਰਾਸ਼ਨ ਲਿਆ ਹੀ ਨਹੀਂਗਾ ਤਾਂ ਉਹ ਜਿਹੜਾ ਬਾਣੀਆਂ ਸੀਗਾ ਉਹ ਕਲਗੀਆਂ ਦੇ ਪਾਸ਼ਾ ਦੇ ਅੱਗੇ ਸਨਮਖ ਹੋ ਗਿਆ ਕਿ ਪਤਾ ਜੀ ਮੇਰੇ ਮਤਲਬ ਐਸੇ ਇਸ ਤਰ੍ਹਾਂ ਸੁਤਰੇਸ਼ਾ ਜਿਹੜਾ ਮੇਰੇ ਕੋ ਆ ਲੈ ਕੇ ਰਾਸ਼ਨ ਤੇ ਮੁਕਰ ਗਿਆ ਐ ਸੁਤਰੇ ਦੇ ਦਸਕਤ ਜਿਹੜੇ ਨੇ ਆ ਵਹੀ ਦੇ ਵਿੱਚ ਨੇ ਬਾਦਸ਼ਾਹ ਨੇ ਸੁਤਰੇਸ਼ਾ ਨੂੰ ਆਪਣੇ ਕੋਲ ਬੁਲਾ ਲਿਆ ਤੇ ਕਹਿਣ ਲੱਗੇ ਵੀ ਸੁਤਰੇਸ਼ਾ ਵੀ ਤੇਰੇ ਦਸਖਤ ਨੇ ਤੂੰ ਉਹਨੂੰ ਪੈਸੇ ਕਿਉਂ ਨਹੀਂ ਦਿੰਦਾ ਕਹਿੰਦਾ ਜੀ ਇਹ ਦਸਖਤ ਮੇਰੇ ਨਹੀਂ ਹੈਗੇ ਜੀ ਮੈਂ ਤੇ ਆਪਣਾ ਕੋਈ ਪੈਸੇ ਨਹੀਂ ਦੇਣੇ ਤੇ ਪਾਸ਼ਾ ਕਹਿੰਦਾ ਕਿਉਂ ਅਜ਼ਰੇ ਦਸ ਘਦੀਨੇ ਹੋਰ ਕੀ ਦੇਨੇ ਤੇ ਅੱਗੋ ਸੁਥਰੇ ਸ਼ਾਹ ਕਹਿੰਦਾ ਕਹਿੰਦਾ ਜੀ ਪਰ ਪਾਸ਼ਾ ਮੈਂ ਤੇ ਗੁਰਬਾਣੀ ਨੂੰ ਸੱਚ ਕਰ ਰਿਆ ਪਾਸ਼ਾ ਕਹਿੰਦਾ ਕਿਹੜੀ ਪੰਕਤੀ ਨੂੰ ਤੂੰ ਸੱਚ ਕਰ ਰਿਆ ਕਿਹੜੀ ਬਾਣੀ ਨੂੰ ਸੱਚ ਕਰ ਰਿਆ ਉਹ ਕਹਿੰਦਾ ਜੀ ਕੇਤੇ ਲੈ ਲੈ ਮੁਕਰ ਪਾਏ ਪਾਸ਼ਾ ਬੜੇ ਹੱਸੇ ਤੇ ਅੱਗੋ ਕਹਿੰਦੇ ਨੇ ਅੱਛਾ ਠੀਕ ਹੈ ਇਹ ਤੇ ਸਭ ਨੂੰ ਪੱਕ ਪੰਕਤੀ ਆਉਂਦੀ ਇਸ ਤੋਂ ਅਗਲੀ ਪੰਕਤੀ ਪੜ ਉਹ ਕਹਿੰਦੇ ਜੀ ਮੇ ਇਹ ਪੰਕਤੀ ਮੇਰੇ ਤੇ ਫਿੱਟ ਹੁੰਦੀ ਹੈ ਬਾਕੀ ਪੰਕਤੀ ਪੜਨ ਲਈ ਤੇ ਬਾਕੀ ਤੁਹਾਡੇ ਕੋ ਬੜੇ ਸਰੀਰ ਨੇ ਤੁਸੀਂ ਜਿਹਦੇ ਕੋ ਮਰਜ਼ੀ ਪੜਾ ਲਓ ਤੇ ਪਾਸ਼ਾ ਇਸ ਗੱਲ ਤੋਂ ਬੜੇ ਖੁਸ਼ ਹੋਏ ਤੇ ਪਾ ਪਾਸ਼ਾ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ ਬਾਣੀਆਂ ਦੇ ਜਿੰਨੇ ਵੀ ਪੈਸੇ ਬਣਦੇ ਨੇ ਇਹਨੂੰ ਖਜ਼ਾਨੇ ਵਿੱਚੋਂ ਦੇ ਦੇ ਦਿੱਤੇ ਜਾਣ ਤੇ ਫਿਰ ਅੱਗੋਂ ਸੁਥਰੇ ਨੂੰ ਪਾਸ਼ਾ ਨੇ ਸਮਝਾਇਆ ਕਿ ਏ ਗੁਰਮੁਖਾ ਇਹੋ ਜੇ ਕੰਮ ਨਾ ਕਰਿਆ ਕਰ ਇਹ ਗੁਰਬਾਣੀ ਜਿਹੜੀ ਹੈ ਉਹ ਇੱਕ ਤੁਕ ਦੇ ਵਿੱਚ ਸਵਾਲ ਹੈ ਦੂਸਰੇ ਦੇ ਵਿੱਚ ਨਾਲ ਹੀ ਜਵਾਬ ਹੈ ਤੋ ਜਦੋਂ ਵੀ ਬਾਣੀ ਪੜ੍ਹਨੀ ਆ ਇਹ ਦੋਵੇਂ ਤੁਕਾਂ ਪੜ੍ਹਨੀ ਆ ਸਾਡਾ ਵੀ ਇਹੀ ਹਾਲਾਤ ਹੈ ਅਸੀਂ ਜਿਹੜੀ ਵੀ ਗੱਲ ਸਾਡੇ ਉੱਤੇ ਫਿੱਟ ਬੈਠਦੀ ਅਸੀਂ ਆਪਣੇ ਤੇ ਫਿੱਟ ਕਰ ਕਰ ਲੈਨੇ ਆ ਤੇ ਅਗਲੀ ਜਿਹੜੀ ਪੰਕਤੀ ਹੁੰਦੀ ਹੈ ਉਹਨੂੰ ਅਸੀਂ ਵਿਚਾਰਦੇ ਨੇ ਜਦਕਿ ਜਿਹੜਾ ਪੂਰਾ ਮਤਲਬ ਹੈ ਉਹ ਦੋ ਪੰਕਤੀਆਂ ਦੇ ਵਿੱਚ ਨਿਕਲਦਾ ਆ ਇਸ ਕਰਕੇ ਗੁਰੂ ਦੇ ਪਿਆਰੇਓ ਜੀ ਕਦੇ ਵੀ ਕਿਸੇ ਦਾ ਵੀ ਲੈ ਕੇ ਮੁਕਰਿਆ ਨਾ ਕਰੋ ਕਿ ਅਸੀਂ ਦੇਣਾ ਨਹੀਂ ਜਾਂ ਕਿਸੇ ਤਰ੍ਹਾਂ ਵੀ ਉਹ ਸਾਰਾ ਕੁਝ ਜਿਹੜਾ ਸਾਡੇ ਕਰਮਾਂ ਵਿੱਚ ਲਿਖਿਆ ਜਾਂਦਾ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਸਾਖੀ ਨੂੰ ਅੱਗੇ ਵੀ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਸੰਗਤਾਂ ਜਿਹੜੀਆਂ ਨੇ ਇਸ ਜਿਹੜੇ ਸਿਧਾਂਤਾਂ ਦੇ ਨਾਲ ਜਾਣੂ ਹੋ ਸਕਣ